ਅੰਮ੍ਰਿਤਸਰ ਵਿੱਚ ਆਈਪੀਐਲ ਤੇ ਸੱਟੇ ਦਾ ਕਾਰੋਬਾਰ ਚਲਾਉਣ ਵਾਲੇ ਗਰੋਹ ਦਾ ਪੁਲਿਸ ਨੇ ਪਰਦਾਫਾਸ਼ ਕਰਕੇ ਰੰਗੇ ਹੱਥੀ ਲੋਕਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਸੂਤਰਾਂ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗਰੋਹ ਦੇ 8 ਮੈਂਬਰ ਮਨੀ ਐਕਸਚੇਂਜ ਚਲਾ ਕੇ ਸੱਟੇ ਦਾ ਕਾਰੋਬਾਰ ਕਰ ਰਹੇ ਨੇ। ਇਸ ਦੇ ਆਧਾਰ ਤੇ ਪੁਲਿਸ ਨੇ ਛਾਪੇਮਾਰੀ ਕਰਕੇ ਗਰੋਹ ਦੇ 8 ਮੈਂਬਰਾਂ ਨੂੰ ਸੱਟੇ ਦਾ ਕਾਰੋਬਾਰ ਕਰਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਅੰਮ੍ਰਿਤਸਰ ਦੇ ਨਾਲ ਨਾਲ ਸੂਬੇ ਦੇ ਕਈ ਇਲਾਕਿਆਂ ਵਿੱਚ ਇਸ ਧੰਦੇ ਨੂੰ ਅੰਜਾਮ ਦਿੰਦੇ ਸਨ। ਇਹ ਸੱਟੇ ਦਾ ਵੱਡਾ ਸਰਗਨਾ ਟਾਈਗਰ ਨਾਂ ਦਾ ਵਿਅਕਤੀ ਹੈ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੱਟੇ ਦਾ ਕਾਰੋਬਾਰ ਕਰਨ ਵਾਲੇ ਮੈਂਬਰ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਵਿੱਚ ਇੱਕ ਬੰਦ ਪਈ ਫੈਕਟਰੀ ਵਿੱਚ ਇਹ ਕਾਰੋਬਾਰ ਚਲਾ ਰਹੇ ਨੇ ਅਤੇ ਇਹੀ ਲੋਕ ਆਈਪੀਐਲ ਵਿੱਚ ਵੱਡੇ ਪੱਧਰ ਤੇ ਸੱਟੇ ਦਾ ਕਾਰੋਬਾਰ ਕਰ ਰਹੇ ਨੇ। ਪੁਲਿਸ ਨੇ ਫੈਕਟਰੀ ਵਿੱਚ ਛਾਪਾ ਮਾਰ ਕੇ ਇਨ੍ਹਾਂ 8 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕੱਲ ਨਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਹਿਰ ਦੇ ਵਿੱਚ 8 ਬੁੱਕੀ ਆ ਜਿਹੜੇ ਆਈਪੀਐਲ ਮੈਚ ਦੇ ਉੱਤੇ ਸੱਟਾ ਲਗਾ ਰਹੇ ਆ ਕਾਫੀ ਵੱਡੇ ਲੈਵਲ। ਫਿਰ ਇੱਥੇ ਰੇਡ ਕੀਤੀ। ਇਹ ਜੋਤੀ ਇੰਡਸਟਰੀ ਹੈਗੀ ਆ ਮੋਹਣੀ ਪਾਰਕ, ਉੱਥੇ ਜੋਤੀ ਇੰਡਸਟਰੀ ਵਿੱਚ ਜਾ ਕੇ ਉਹਦੇ ਮਾਲਕ ਦੇ ਨਾਲ ਰਲ ਕੇ ਉੱਥੇ ਨਾ ਆਪਣੀਆਂ ਪ੍ਰਾਈਵੇਟ ਐਕਸਚੇਂਜ ਜਿਹੜੀਆਂ ਸੈਟਅਪ ਕੀਤੀਆਂ ਸੀ ਉਹਨਾਂ ਦੇ ਨਾਲ ਮੋਬਾਈਲ ਜਿਹੜੇ ਲਿੰਕ ਕਰਕੇ ਅਤੇ ਆਪਣਾ ਸੱਟਾ ਅੱਗੇ ਚਲਾ ਰਹੇ ਸਨ। ਉਸ ਇਤਲਾਹ 'ਤੇ 8 ਬੰਦੇ ਉੱਥੋਂ ਗ੍ਰਿਫਤਾਰ ਹੋਏ। ਬਿਲਕੁਲ ਜੀ, ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਇਹਨਾਂ ਦਾ ਤਾਰਾਂ ਜਿਹੜੀਆਂ ਨੇ ਇੰਟਰਨੈਸ਼ਨਲ ਜਿਹੜੇ ਸੱਟਾ ਬਾਜ਼ਾਰ ਉੱਥੋਂ ਤੱਕ ਜੁੜੀਆਂ ਸਨ।